ਐ ਫੁੱਫਾ ਜੀ ਇਹ ਤੁਹਾਡੇ ਵਾਸਤੇ ਨਹੀਂ ਤੁਹਾਡੇ ਬਿਸਮਿਲ੍ਲਾ ਇਹ ਕਿੰਨੇ ਇੰਨੀ ਨਵਾਜ਼ਿਸ਼ ਕੀਤੀ ਹੈ ਕਿ ਜਵਾਨੀ 'ਚ ਬੜੇ ਗਿਫਟ ਕੀਤੇ ਨੇ ਕਿਹੜਾ ਪਤਾ ਨਹੀਂ ਲੱਗਦਾ ਕਿਵੇਂ ਬੰਦੀਆਂ ਨੇ ਜਵਾਨੀ 'ਚ ਕਿੰਨਾਂ ਨੂੰ ਗਿਫਟ ਕੀਤੇ ਤੁਸੀਂ ਅਸੀਂ ਲੋਚਾ ਸਰ ਰਹੇ ਕੀ ਹੋਇਆ ਅਸਲਾਮ ਅਲੈਕਮ ਵੈਲਕਮ ਬੈਕ ਅਨਦਰ ਵਲੌਗ ਉਮੀਦ ਕਰਨਾ ਤੁਸੀਂ ਸਰ ਠੀਕ ਹੋਵੋਗੇ ਮੈਂ ਬਿਲਕੁਲ ਠੀਕ ਠਾਕ ਹਾਂ ਲਓ ਜੀ ਭਾਈ ਅੱਜ ਮੈਂ ਆਇਆ ਮਾਂ ਦੀ ਫੁੱਫੋ ਦੇ ਘਰ ਅਤੇ ਮੈਂ ਥੋੜ੍ਹਾ ਦੂਰਾ ਖਲੋ ਗਿਆ ਵਾਂ ਉਹ ਇਸ ਕਰਕੇ ਕਿਉਂਕਿ ਮੈਂ ਲੈ ਕੇ ਆਇਆ ਇੱਕ ਸਰਪ੍ਰਾਈਜ਼ ਹੈ ਦੇਖੋ ਮਾਸ਼ਾਅੱਲਾ ਮਾਸ਼ਾਅੱਲਾ ਨਜ਼ਰ ਨਾ ਲੱਗੇ ਨੋਟਾਂ ਨਾਲ ਹੀ ਪੜ ਗਿਆ ਬੁੱਲਾ ਤੇਰਾ ਕਿਤੇ ਤੇਰਾ ਦੀਨ ਮਨ ਤਾਂ ਨਹੀਂ ਖਰਾਬ ਹੋ ਰਿਹਾ ਆਪਣਾ ਦੀਨ ਮਨ ਨਹੀਂ ਖਰਾਬ ਹੋਣਾ ਨਹੀਂ ਹੁੰਦਾ ਧਿਆਨ ਨਾਲ ਫਿਰ ਚਲੋ ਫਿਰ ਚੱਲੀਏ ਮੈਂ ਨਾ ਹੈ ਚੱਲਦੇ ਹਾਂ ਕਿਉਂਕਿ ਥੋੜ੍ਹਾ ਅੱਗੇ ਕਰਕੇ ਫੁੱਫੋ ਦਾ ਘਰ ਹੈ ਮੈਂ ਤਾਂ ਇੱਥੇ ਆ ਕੇ ਵਲੋਗ ਸ਼ੁਰੂ ਕੀਤਾ ਕਿ ਉਹਨਾਂ ਨੂੰ ਪਤਾ ਨਾ ਲੱਗੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਵਾ ਅਤੇ ਇਸ ਕਰਕੇ ਇੱਥੇ ਆ ਖਲੋ ਗਿਆ ਸੀ ਮੈਂ ਅਤੇ ਅਬਦੁੱਲਾ ਨੂੰ ਵੀ ਮੈਂ ਨਾਲ ਲੈ ਲਿਆ ਵਾ ਅਤੇ ਨਾਲ ਅਸੀਂ ਲਈਆਂ ਵਾ ਦੋ ਬਰਿਆਨੀ ਦੀਆਂ ਇਹ ਦੇਖੋ ਬਰਿਆਨੀ ਲਈ ਨਾਲ ਅਸੀਂ ਇਹ ਦੋ ਕੁ ਹੈ ਨੇ ਉੱਥੇ ਬਹਿ ਕੇ ਖਾਵਾਂਗੇ ਕਿਉਂਕਿ ਭੁੱਖ ਬੜੀ ਲੱਗ ਰਹੀ ਹੈ ਅਤੇ ਇਹਨੂੰ ਬਣਾਉਣ ਲੱਗੇ ਵੀ ਇਹ ਦੇਖੋ ਟਾਈਮ ਤਾਂ ਜ਼ਾਹਰ ਹੀ ਗੱਲ ਲੱਗਣਾ ਹੀ ਸੀ ਇਹ ਦੇਖੋ ਤੁਹਾਨੂੰ ਇੱਕ ਹੋਰ ਚੀਜ਼ ਦੇਣਾ ਮਿੰਨੀ ਫੈਮਲੀ ਮਾਂ ਜੀ ਮਾਸ਼ਾਅੱਲਾ ਇਹ ਪੂਰਾ ਉਹਨਾਂ ਨੇ ਬਹੁਤ ਘੱਟ ਤੋਂ ਘੱਟ ਵੀ ਘੰਟਾ ਲੱਗ ਗਿਆ ਸੀ ਨਾ ਘੰਟਾ ਲੱਗ ਗਿਆ ਸੀ ਇਹਨੂੰ ਬਣਾਉਣ ਲੱਗੇ ਅਤੇ ਅਸੀਂ ਉੱਥੇ ਬਹਿ ਬਹਿ ਸਾਡਾ ਸਿਰ ਪਾਗਲ ਹੋ ਗਿਆ ਅਤੇ ਹੁਣ ਚੱਲੀਏ ਉੱਧਰ ਫਿਰ ਹੈ ਚੱਲੀਏ ਚਲੋ ਚੱਲਦੇ ਹਾਂ ਫੁੱਫੋ ਦੇ ਗੇਟ ਅੱਗੇ ਜਾ ਕੇ ਦਰਵਾਜ਼ਾ ਖੜਕਾਉਂਦੇ ਹਾਂ ਅਤੇ ਫਿਰ ਉਹਨਾਂ ਨੂੰ ਮਿਲਦੇ ਹਾਂ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸਰਪ੍ਰਾਈਜ਼ ਦੇਣਾ ਤੁਹਾਨੂੰ ਸਾਰਿਆਂ ਨੂੰ ਉੱਥੇ ਜਾ ਕੇ ਦੱਸਾਂਗਾ ਠੀਕ ਹੋ ਗਿਆ ਨਾ ਏ ਫਿਊ ਮੋਮੈਂਟਸ ਲੇਟਰ ਲਓ ਜੀ ਭਾਈ ਦਰਵਾਜ਼ੇ ਕੋਲ ਆ ਗਏ ਹਾਂ ਅਤੇ ਆਪਾਂ ਨੂੰ ਖੜਕਾ ਦੇ ਦਰਵਾਜ਼ਾ ਉੱਤੋਂ ਹਨੇਰਾ ਦੇਖੋ ਕਿੰਨਾ ਹੋ ਗਿਆ ਵਾ ਸਾਨੂੰ ਮਤਲਬ ਕਹਿੰਦਾ ਕਾਫੀ ਦੇਰ ਲੱਗ ਗਈ ਉੱਥੇ ਹਨੇਰਾ ਹੋ ਗਿਆ ਵਾ ਅਤੇ ਆਪਾਂ ਖੜਕਾਈਏ ਦਰਵਾਜ਼ਾ ਵਾ ਹੈਲੋ ਦਰਵਾਜ਼ਾ ਖੋਲੋ ਸ਼ੇਬੀ ਭਾਈ ਆਏ ਨੇ ਦਰਵਾਜ਼ਾ ਖੋਲੋ ਅਸਲਾਮ ਅਲੈਕਮ ਕੀ ਹਾਲ ਹੈ ਕੈਮਰਾ ਪਿਕਸਲ ਫਟ ਰਿਹਾ ਨੇ ਮੇਰੇ ਵਾਲੇ ਦੇ ਫਟਦੇ ਪੈਣੇ ਤੁਹਾਡੇ ਤੇ ਆ ਕੇ ਅੰਦਰ ਚੱਲੋ ਦੱਸੀ ਕੱਛਾ ਦੇਖਾ ਪਾ ਕੇ ਕਿੰਨਾ ਕੀ ਸੋਹਣ ਲੱਗੇ ਸੀ ਲੈ ਕੇ ਆ ਮੈਨੂੰ ਪਕੜਾ ਇਹਨੂੰ ਪਕੜਾ ਉਰਾ ਇਹਨੂੰ ਇਸ ਤਰ੍ਹਾਂ ਫੜਨੇ ਅਸੀਂ ਨਜ਼ਰ ਨਾ ਲਾਵੀ ਹੋਰ ਸੁਣਾਓ ਨਹੀਂ ਅਸੀਂ ਤਾਂ ਕਾਫੀ ਦੇਰ ਦੇ ਆਏ ਕੱਛੇ ਕੁਛ ਨਹੀਂ ਹੁੰਦਾ ਕੱਚੇ ਦੇ ਕਰਕੇ ਆ ਰਾਤ ਰੋਜ਼ ਲਾਈਵ ਦੇ ਇੰਜ ਨਾ ਭਰਿਆ ਕਿ ਉੱਥੇ ਸਿਰਫ ਇਹਨਾਂ ਨਾਲ ਹੀ ਸਨਾ ਨਜ਼ਰ ਆਉਂਦਾ ਅਜਾ ਉੱਥੇ ਸਿਰਫ ਇਹਨਾਂ ਨਾਲ ਸਨਾ ਨਜ਼ਰ ਆਉਂਦਾ ਨਹੀਂ ਮੈਂ ਤਾਂ ਹੀ ਬਾਕੀ ਮੈਂ ਵੇਖ ਕੇ ਮੈਂ ਗਿਆ ਮੈਂ ਪੈਂਟ ਪੂੰਟ ਪਾ ਕੇ ਬੈਠਾ ਸੀ ਭਾਈ ਸੋਭਾ ਦਾ ਮੈਂ ਕਿਹਾ ਕੋਈ ਨਾ ਕੋਈ ਆ ਜਾਂਦਾ ਹੈ ਤੇ ਮੈਂ ਹੁਣ ਥੋੜੀ ਦੇਰ ਪਹਿਲਾਂ ਲਾਈਵ ਮੈਂ ਕਿਹਾ ਹੁਣ ਟਾਈਮ ਖਤਮ ਹੋ ਗਿਆ ਸਾਰਿਆਂ ਦੇ ਆਉਣ ਦਾ ਅੱਛਾ ਸੋ ਹੁਣ ਆਪਦਾ ਰਿਲੈਕਸ ਹੋ ਜਾਓ ਕੱਪੜੇ ਕੁਪੜੇ ਬਦਲ ਚਲੋ ਜਿੱਲੀ ਗਈ ਸੀ ਇਹ ਭਾਈ ਕਿਆ ਖੁਸ਼ੀ ਜੇ ਇਹ ਦੱਸਨੇ ਆ ਜੇ ਨਾ ਸੁਣਾਏਗਾ ਤੇ ਫੇਰ ਹੀ ਨਾ ਵੀਡੀਓ ਇਹ ਤੁਹਾਡਾ ਦੀਨਮਾ ਬਜਾਇਆ ਤੁਹਾਨੂੰ ਹੀ ਪੜਾਣੇ ਇਹ ਤੁਹਾਡੇ ਵਾਸਤੇ ਨਹੀਂ ਆਏ ਅੱਜ ਸ਼ਾਦੀ ਨਹੀਂ ਆ ਬੱਫੋ ਜੀ ਇਹ ਸਪੈਸ਼ਲ ਆਏ ਨੇ ਹਰ ਸ਼ਾ ਫੁੱਫੋ ਵਾਸਤੇ ਲੈ ਭਾਈ ਇੱਥੇ ਲੜਾਈ ਹੋ ਜਾਣੀ ਹੈ ਆ ਨੋਟ ਨੋਟ ਨਹੀਂ ਨਹੀਂ ਆ ਨੋਟ ਨੋਟ ਮੇਰੇ ਨੇ ਠੀਕ ਹੈ ਬਾਕੀ ਤੁਸੀਂ ਲੈ ਲੈ ਮੈਂ ਤੁਹਾਨੂੰ ਪਹਿਲੇ ਕਿਹਾ ਵਾ ਕਿ ਮੈਨੂੰ ਇਹ ਤਾਂ ਦੱਸ ਉਹਨੂੰ ਪੁੱਛ ਤੁਸੀਂ ਕਿੱਥੇ ਲੈ ਚੱਲਣਾ ਹੈ ਕਾਹਦੇ ਵਾਸਤੇ ਲੈ ਆਇਆ ਕਿੱਧਰ ਲੈ ਚੱਲਿਆ ਤੂੰ ਐਵੇਂ ਕਿਹੜਾ ਮੈਨੂੰ ਪੁੱਛਦਾ ਰਾਤ ਦੇ 12 ਵਜੇ ਜਿਹੜਾ ਮੁੰਡਾ ਆ ਗਿਆ 10 ਵਜੇ ਤੁਸੀਂ ਪਹਿਲੇ ਹੀ ਕਹਿ ਤਾ ਵਾ
ਯਾਰ ਮੈਨੂੰ ਬਸ ਆ ਫਰੈਸ਼ ਨੋਟ ਦੇ ਦਿਓ ਤੇ ਬਾਕੀ ਫੁੱਲ ਜਿਹਨੂੰ ਦੇ ਦੇ। ਅਰੇ ਮੈਂ ਤਾਂ ਘਾੜੇ ਦੇ ਰਹੇ ਹਾਂ, ਉਹ ਹੈ ਕਿੰਨੇ ਇਹ? ਨਹੀਂ ਨਹੀਂ ਇਹ ਪਤਾ ਨਹੀਂ ਲੱਗਣਾ, ਬੰਦ ਕਰ ਦਈਏ ਦੁਬਾਰਾ ਤੋਂ। ਤੁਹਾਡੇ ਵਾਸਤੇ ਐ ਤਾਂ ਲਿਖਿਆ ਹੋਇਆ ਨਾ ਬਾਈ, ਸਲਮਾਨ ਕਵੇ ਮੇਰੇ ਵਾਸਤੇ ਲੜਾਈ ਪੈ ਜਾਵੇ। ਚੈਨਲ ਮੇਰਾ ਨਾਮ ਲਿਖਿਆ, ਇਹ ਭਲਾ ਕਾਹਤੇ ਲਿਖਿਆ ਵਾ? ਪਤਾ ਲੱਗੇ ਬਾਈ ਮਿੰਨੀ ਫੈਮਿਲੀ ਵਾਲਾ ਗਿਆ, ਮਾਂ ਜੀ ਕੱਲਾ ਲਿਖਿਆ ਹੁੰਦਾ, ਪਤਾ ਨਹੀਂ ਲੱਗਣਾ ਸੀ ਕਿੱਥੇ ਜਾਣਾ ਵਾ। ਅੱਛਾ ਸਮਝਾਇਆ ਕਿ ਨਹੀਂ ਆਈ? ਕੋਈ ਗੱਲ ਨੀ, ਕੌਣ ਭਲਾ ਉਠੋ ਤੁਹਾਨੂੰ ਅਜੇ ਦੱਸਣਾ ਲੇਟ ਦੱਸਣਾ ਵਾ ਲੇਟ। ਨਹੀਂ ਨਹੀਂ ਨਾ ਨਾ ਇਹ ਕੰਮ ਨਹੀਂ, ਇਹਨੂੰ ਵਿੱਚ ਰੱਖੋ, ਇਹ ਡੈਕੋਰੇਸ਼ਨ ਸਾਰੀ ਖਰਾਬ ਹੋ ਜਾਣੀ ਯਾਰ। ਮੈਨੂੰ ਮੇਰੀ ਗੱਲ ਸੁਣ, ਉਹ ਮੈਂ ਲਾਣਾ ਕਿਹਾ ਮੈਂ ਤੇਰੇ ਉੱਤੇ ਖਾਣਾ ਵਾ। ਹੈਲੋ, ਉਹ ਜਿਹੜਾ ਬਣਾਉਂਦਾ ਪਿਆ ਸੀ ਨਾ, ਉਹਨੇ ਕਿਹਾ ਮੈਂ ਉਹਨੂੰ ਕਿਹਾ ਮੈਂ ਕਿਹਾ ਭਰਾ ਮੈਂ ਤੇਰੇ ਉੱਤੇ ਖਾਣਾ ਵਾ, ਤੇਰਾ ਨਹੀਂ ਪਤਾ ਲੱਗਣਾ। ਹਜ਼ਾਰ ਰੁਪਇਆ ਲਓ, ਬੁੱਕੇ ਮੈਨੂੰ ਦਿਓ। ਲੈ ਬੁੱਕੇ ਦੇ ਦੇਣੇ, ਨੋਟ ਕਰ ਲੈਣੇ। ਨਹੀਂ ਨਹੀਂ ਐਂ ਜੀ, ਮੈਂ ਪੂਰੇ ਦੇ ਪੂਰੇ ਡੀਲ ਮੁੱਕੋ ਮੇਰੇ ਨਾਲ। ਲੈ ਤੂੰ ਕਵੇਂ ਨਾ ਕਿ ਮੇਰੇ ਕੋਲ ਲੱਖ ਲੈ ਲਾ ਤਾਂ ਬੁੱਕੇ ਮੈਂ ਤਾਂ ਨਹੀਂ ਦੇਣੀ। ਲੈ ਲੈ ਬਸ ਬਸ ਬਸ, ਗੱਲ ਹੋ ਗਈ, ਗੱਲ ਹੋ ਗਈ। ਜਿੰਨੇ ਮਰਜ਼ੀ ਪੈਸੇ ਭਰ ਲਓ ਤੇ, ਜਿੰਨੇ ਮਰਜ਼ੀ ਪੈਸੇ ਭਰ ਲਓ, ਜਿੰਨੇ ਮੈਨੂੰ ਇੰਨੇ ਪਿਆਰ ਨਾਲ ਆਪਣੀ ਮਾਂ ਨੂੰ, ਮਿੰਨੀ ਫੈਮਿਲੀ ਦੀ ਮਾਂ ਨੂੰ ਆਪ ਬੁੱਕੇ ਭੇਜਿਆ ਹੈ ਨਾ, ਤੇ ਉਹਦੇ ਮੈਂ ਹਜ਼ਾਰ ਵਾਰੀ ਵੀ ਸਦਕੇ ਜਾਵਾਂ ਨਾ ਤਾਂ ਵੀ ਥੋੜਾ। ਇਹ ਫੁੱਫੋ ਜੀ ਆਣਾ ਸੀ ਮਦਰ ਡੇ ਤੇ, ਇਹ ਥੋੜਾ ਲੇਟ ਹੋ ਗਿਆ, ਮੇਰੇ ਕਰਕੇ ਵੀ ਲੇਟ ਹੋ ਗਿਆ, ਥੋੜਾ ਲੇਟ ਹੋ ਗਿਆ। ਚੰਗਾ ਪਤਾ ਲੱਗੇ ਮਦਰ ਡੇ 3 ਦਿਨ ਬੁੱਢੀ ਹੋ ਗਈ। 3 ਦਿਨ? ਚਲੋ ਫਿਰ 3 ਦਿਨ ਮੇਰੀ ਵਜ੍ਹਾ ਤੋਂ ਲੇਟ ਹੋਇਆ ਵਾ, ਅੱਗੋ ਤਾਂ ਨਹੀਂ, ਚਲੋ ਮੇਰੀ ਵਜ੍ਹਾ ਤੋਂ ਲੇਟ ਹੋਇਆ। ਹਾਂ ਮੈਂ ਹੀ ਲੇਟ ਹੋਇਆ ਸੀ, ਤੇ ਇਹ ਸੋਚ ਲੈ ਕਿ ਜਿਵੇਂ ਤੋਂ ਲੇਟ ਹੋਇਆ, ਮੇਰੀ ਵਜ੍ਹਾ ਤੋਂ ਲੇਟ ਹੋਇਆ। ਨਹੀਂ ਯਾਰ ਥੋੜਾ ਸੋਚ ਲੈ, ਨਹੀਂ ਸੋਚ ਲੈ ਤੂੰ, ਟਰੋਦਰ ਪਾ ਲਓ, ਟਰੋਦਰ ਪਾ ਲਓ ਤੁਸੀਂ। ਪਤਾ ਬੇਟਾ ਇਹ ਕਹਿੰਦਾ ਨਾ ਬੁੱਢੇ ਹੋ ਜਾਵੇ, ਮਾਵਾਂ ਕਬਰ 'ਚ ਵੀ ਚਲੀਆਂ ਜਾਣ ਤਾਂ ਫਿਰ ਵੀ ਮਾਂ ਮਾਂ ਹੀ ਰਹਿੰਦੀ ਹੈ। ਕੋਈ ਬਾਕੀ ਛੱਡੋ, ਤੁਹਾਨੂੰ ਕਿਹਸਾ ਲੱਗਿਆ? ਮੇਰੀ ਤਾਂ ਖੁਸ਼ੀ ਦੀ ਇੰਤਹਾ ਹੈ, ਮੈਨੂੰ ਤਾਂ ਸਮਝ ਨਹੀਂ ਲੱਗਦਾ ਕਿ ਮੈਂ ਕਿਵੇਂ ਕੁਝ ਹੋਵਾਂਗਾ। ਇਹ ਉਹਨਾਂ ਨੇ ਕਿਹਾ ਸੀ ਕਿ ਫੁੱਫੋ ਜੀ ਨੂੰ ਕਹਿਣਾ ਵਾ ਕਿ ਇਹ ਨਹੀਂ ਕਹਿਣਾ ਕਿ ਨੋਟ ਵੇਖ ਕੇ ਘੱਲੇ ਨੇ, ਇਹ ਸਮਝ ਲਓ ਕਿ ਪਿਆਰ ਆਇਆ ਉਹਨਾਂ ਵੱਲੋਂ। ਇਹ ਇਹਨਾਂ ਨੇ ਇੱਕ ਹਿਸਾਬ ਦਾ ਨਾ ਇਹ ਜਿਹੜਾ ਡੈਕੋਰੇਸ਼ਨ ਨਹੀਂ ਬਣਾ ਕੇ ਭੇਜਦੇ ਫੁੱਲ ਗੁਲਦਸਤਾ ਪੂਰਾ, ਇਹ ਉਹਨਾਂ ਨੇ ਉਹ ਬਣਾ ਕੇ ਭੇਜਿਆ ਵਾ। ਅਤੇ ਇਹ ਆਇਆ ਵਾ, ਅੱਗੇ ਵੀ ਆਇਆ ਸੀ ਇੱਕ ਦਫ਼ਾ ਸਪੈਸ਼ਲ ਗਿਫਟ, ਤੇ ਹੁਣ ਦੂਸਰੀ ਦਫ਼ਾ ਫਿਰ ਆ ਗਿਆ ਵਾ ਅਸ਼ਾ ਬਾਜੀ ਵੱਲੋਂ। ਇਹਨੂੰ ਘੱਟ ਤੋਂ ਘੱਟ ਹੀ ਉੱਥੇ ਲੱਗ ਗਿਆ ਘੰਟਾ ਲੱਗ ਗਿਆ ਬਣਾਉਣ ਲੱਗੇ, ਦੇਰ ਉੱਥੇ ਲੱਗ ਗਏ, ਤਾਂ ਅਸੀਂ ਕਾਫ਼ੀ ਦੇਰ ਦੇ ਆਏ ਹੋਏ ਸੀ ਉੱਥੇ, ਮਤਲਬ ਕਿ ਨਾ ਮੈਂ ਆਉਣਾ ਟਾਈਮ ਨਾਲ ਸੀ, ਪੱਠੇ ਲੈ ਕੇ ਆਉਣੇ ਸੀ, ਅਤੇ ਤਾਂ ਕਰਕੇ ਮੈਂ ਲੇਟ ਹੋ ਗਿਆ। ਅਤੇ ਚਲੋ ਬਾਈ, ਸਲਮਾਨ ਹੁਣ ਬਾਹਰ ਆਉਂਦੇ ਨੇ, ਉਹ ਬਦਲਣ ਗਿਆ ਨੇ ਕੱਛਾ ਆਪਦਾ, ਅਤੇ ਆਪਾਂ ਤੁਹਾਨੂੰ ਫਿਰ ਮਿਲਦੇ ਹਾਂ। 10-15 ਮਿੰਟ ਹੋ ਗਏ ਨੇ ਤਾਂ ਬਾਈ ਸਲਮਾਨ ਅਜੇ ਬਾਹਰ ਨਹੀਂ ਆਇਆ, ਆ ਜਾਓ ਬਾਹਰ। ਪੈਂਟ ਨਹੀਂ ਤੂੰ ਪਾ ਲੈ, ਬਹਾਨੇ ਕਰਨ ਦਿਆ ਸੀ ਸਾਰਾ ਕੁਝ ਪਤਾ। ਵਾਹ ਵਾਹ ਵਾਹ, ਮੈਂ ਸ਼ੂਜ਼ ਪਾ ਕੇ ਫੁੱਲ ਰੈਡੀ ਹੋ ਗਿਆ, ਵਾਹ। ਮੈਂ ਸਵੇਰ ਦਾ ਕੱਪੜੇ ਹੀਰੋ ਬਣ ਕੇ ਆ ਗਿਆ ਬਾਹਰ ਤੇ, ਮੈਂ ਪਾਇਆ ਸਵੇਰ ਦਾ ਕੱਪੜੇ ਪਾ ਕੇ ਫਿਰਨ ਡਿਆ, ਠੀਕ ਹੈ। ਮੇਰਾ ਵਲੌਗ ਅਪਲੋਡ ਨਹੀਂ ਹੋਇਆ, ਮੈਂ ਵਲੌਗ ਸ਼ੂਟ ਕਰਨਾ ਸੀ, ਅੱਛਾ, ਮੈਂ ਨਹਾ ਕੇ ਪੈਂਟ ਪੁੰਡ ਇਸਤਰੀ ਕਰਕੇ ਪਾਈ, ਮੇਰਾ ਵਲੌਗ ਅਪਲੋਡ ਹੋਇਆ 8 ਵਜੇ ਜਾ ਕੇ। ਨਹੀਂ ਜਦੋਂ ਬੰਦਾ ਇਕੱਲਾ ਕੱਚਾ ਲਾ ਕੇ ਪਾਇਆ ਤਾਂ ਸ਼ਰਟ ਹੀ ਬਦਲ ਲਈ ਨਾ ਭਾਈ, ਉਹ ਸ਼ਰਟ ਮੇਰੀ ਪੁਰਾਣੀ ਲੱਗਦੀ।
ਨਹੀਂ ਆ ਹੁਣ ਹੀ ਰੁਲਾ ਕੇ ਕੱਚੇ ਸ਼ੈਲ ਨੂੰ ਖਾ ਕੇ ਮੈਨੂੰ ਤੂੰ ਪਰਸਨੈਲਿਟੀ ਖਰਾਬ ਕਰਦੇ ਤੁਹਾਡਾ ਫੁੱਲਾਂ ਦਾ ਹੋ ਗਿਆ ਨਹੀਂ ਹੁੰਦਾ ਫੁੱਲਾਂ ਦਾ ਤੁਸੀਂ ਤਾਰੀਫ ਕਰੋ ਚਲੋ ਆਪਣਾ ਚਲੋ ਨਹੀਂ ਤਾਂ ਤਾਰੀਫ ਤਾਂ ਕਰ ਦਿਓ ਤਾਰੀਫ ਕਰ ਦਿਓ ਫਿਰ ਇਹ ਨਹੀਂ ਸੁਣ ਲੱਗਦੇ ਦੇ ਦਿਓ ਬਸ ਕਰੋ ਕਿ ਹੁਣ ਐਂ ਜੇ ਸੁਣ ਲੱਗਦੇ ਨਾ ਕੋਈ ਜੱਜਦੇ ਕੋਲ ਐਸ ਬਾਹਾਂ ਦੇ ਉੱਤੇ ਰੱਖੇ ਹੋਏ ਫੁੱਲ ਵੀ ਜੱਜਦੇ ਆ ਤੇ ਮਾਂ ਦੇ ਕੋਲ ਬੈਠਾ ਹੀ ਤੂੰ ਜੱਜਣਾ ਐਵੇਂ ਨਹੀਂ ਜੱਜਦਾ ਨਹੀਂ ਨਹੀਂ ਅਜੇ ਕੋਲ ਮੈਂ ਵਾਈਟ ਸ਼ਰਟ ਇਸੇ ਤੋਂ ਪਾਈ ਰੈੱਡ ਨਾਲ ਕੰਬੀਨੇਸ਼ਨ ਕਰਨ ਵਾਸਤੇ ਜੋ ਵੀ ਗੱਲਾਂ ਕਰ ਲੋ ਤੁਸੀਂ ਜੋ ਮਰਜ਼ੀ ਕਰ ਲੋ ਲੇਕਿਨ ਗਿਫਟ ਮੇਰਾ ਉਹ ਗਿਫਟ ਤੁਹਾਡਾ ਨਹੀਂ ਦਾ ਉਹ ਗਿਫਟ ਤੁਹਾਡਾ ਨਹੀਂ ਭਾਈ ਮੇਰੀ ਛੱਡ ਨਾ ਪਾੜ ਦੇ ਮੇਰੀ ਛੱਡ ਨਾ ਪਾੜ ਦੇ ਮੈਂ ਕਿਹਨੇ ਛੱਡ ਦੇ ਨਾ ਨਾ ਇਹ ਨਾ ਕਰ ਨਾ 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 ਇਹਦੇ ਵਿੱਚ ਹਾਂ ਕੋਈ ਗੱਲ ਹੋਈ ਨਾ ਤੇ ਮੋੜ ਜਿ ਲਿਆ ਗਿਆ ਜੀ ਮਾਂ ਨੂੰ ਟਾਪੇ ਦੇ ਦੇ ਹਾਂਜੀ ਮੇਰੇ 'ਚ ਕੋਈ ਗੱਲ ਨਹੀਂ ਹੈਗੀ ਨਹੀਂ ਹੁਣ 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 ਠੀਕ ਹੋ ਗਿਆ ਮੈਂ ਨੋਟ ਲਾ ਕੇ ਨਹੀਂ ਆਜੋ ਘਰ ਬੁੱਕੇ ਦਾ ਮੂੰਹ ਖਰਾਬ ਕੀਤਾ ਨਾ ਮੇਰੇ ਤੋਂ ਬੁਰਾ ਬੰਦਾ ਕੋਈ ਨਹੀਂ ਹੋ ਕਿੰਨਾ ਮੂੰਹ ਖਰਾਬ ਕੀਤਾ ਐ ਮੇਰੇ ਬੁੱਕੇ ਦਾ ਜਿਹੜਾ ਮੂੰਹ ਖਰਾਬ ਕਰ ਦਿੱਤਾ ਨਾ ਬੁੱਕੇ ਦਾ ਆਹੋ ਬੁੱਕੇ ਉਹ ਵੇਖੋ ਨੋਟ ਉਹ ਵੇਖੋ ਆਹ ਵੇਖੋ ਲੈ ਆ ਕੀ ਉਹ ਭਾਈ ਮੈਂ ਵੇਂਗਾ ਕਿਤੇ ਦੁਬਾਰਾ ਵੇਚ ਦੇ ਦੇ ਯਾ ਭਾਈ ਸਲਮਾਨ ਇੱਕ ਮਿੰਟ ਮੈਂ ਦਿੰਦਾ ਨਾ ਭਾਈ ਨਹੀਂ ਇਹ ਖਰਾਬ ਨਹੀਂ ਹੋਣੀ ਚਾਹੀਦੀ ਠੀਕ ਹੈ ਇਹ ਪੂਰੇ 50 ਨੋਟ ਨੇ ਸੀ ਗਿਣ ਕੇ ਸੀ ਦੁਬਾਰਾ ਗਿਣ ਲਾਂਗੇ ਸੀ ਜੋ ਬਹਿ ਗਏ ਲੈ 50 ਚਲੋ ਨਹੀਂ ਨਹੀਂ ਇਹ ਤਾਂ ਤਰੀਫ ਕਰਨ ਵਾਲੀ ਮੇਰੇ ਕੋਲ ਹੁੰਦੀ ਨਾ ਤੇਰੀ ਭੈਣ ਹਨਾ ਤੇ ਤੈਨੂੰ ਨਹੀਂ ਸੀ ਮਿਲਣਾ ਉਹਨੂੰ ਨਹੀਂ ਮਿਲਣਾ ਵੈਸੇ ਜਿਹੜਾ ਨਹੀਂ ਤੇ ਨਾ ਮੇਰਾ ਹੀ ਹੋਣਾ ਚਲੋ ਛੇਬੀ ਇਹ ਤੇ ਹੁੰਦਾ ਰਹਿਣਾ ਤੇ ਤੈਨੂੰ ਹੁਣ ਦੱਸ ਕੋਈ ਚਾਹ ਪਾਣੀ ਪੁੱਛ ਲਿਆ ਤੈਨੂੰ ਛੇਬੀ ਮੈਨੂੰ ਕੋਈ ਚਾਹ ਪਾਣੀ ਪੁੱਛੇ ਸ਼ਿਦੇਵ ਸੌਂਕ ਕੇ ਪਤਾ ਨਹੀਂ ਕੀ ਹੁੰਦਾ ਜਾਂਦਾ ਸੁਕਾਮ ਲੱਗਦਾ ਜਾਂਦਾ ਸ਼ਿਦੇਵ ਅੱਜ ਕੱਲ ਨਾ ਜਿਹੜਾ ਡਿਲੀਵਰੀਆਂ ਬੋਤੀਆਂ ਕਰ ਦਿੱਤ ਧੁੱਪੇ ਧੁੱਪੇ ਇਹ ਸਵੇਰ ਸੁੱਕ ਰਿਹਾ ਭਾਈ ਸ਼ਿਦੇਵ ਨੇ ਆਪਦੇ ਵਿਆਹ ਦੇ ਪੱਪੋ ਕੋਲੋਂ ਵੱਡਾ ਸਾਰਾ ਗਿਫਟ ਲੈਣਾ ਹੈ ਨਹੀਂ ਪੇਪਰ ਹੋਏਗਾ ਮੈਂ ਲੱਗਿਆ ਕਿ ਅੱਜ ਆਪਾਂ ਉਹਨਾਂ ਨਾਮ ਨਹੀਂ ਲਿਆ ਤੇ ਮੈਨੂੰ ਲੱਗਦਾ ਮੈਂ ਉਹਨਾਂ ਦਾ ਪੁੱਛਣਾ ਕਿਦਨ ਪੇਪਰ ਹੋਇਆ ਤੇ ਉਦੋਂ ਸਗੋਂ 2-3 ਘੰਟੇ ਹੋਣਗੇ ਸਕੂਨ ਨਾਲ ਆਵਾਂ ਦੁਪਹਿਰੇ ਨਾ ਭਲਾ ਕੀ ਸੀ ਮੈਂ ਦੁਪਹਿਰੇ ਸੁੱਤਾ ਰਿਹਾ ਮੈਂ 11 ਵਜੇ ਦਾ ਅਲਾਰਮ ਲਾ ਕੇ ਸੁੱਤਾ ਸੀ ਤੇਰੇ ਕਰਕੇ ਠੀਕ ਹੈ ਮੈਂ ਕਿਹਾ 11 ਵਜੇ ਉਹਨੇ ਆ ਜਾਣਾ ਉਦੋਂ ਮੈਂ ਉੱਠਾਂਗਾ ਠੀਕ ਹੈ ਤੂੰ ਆਇਆ ਨਹੀਂ ਮੈਂ 11 ਵਜੇ ਮੈਂ ਆਣਾ ਹੀ ਸੀ 2 ਵਜੇ ਤੇ ਮੈਂ ਆਣਾ 11 ਵਜੇ ਸੀ 3 ਵਜੇ ਅਲਾਰਮ ਕਰ ਦਿੱਤਾ ਮੈਂ 3 ਵਜੇ 4 ਵਜੇ ਉੱਠਿਆ ਜਾਗ ਕੇ ਮੈਂ ਆਣਾ 11 ਵਜੇ ਸੀ ਮੈਂ ਸੁੱਤਾ ਪਿਆ ਉੱਠਿਆ 3 ਵਜੇ ਸੀ ਸ਼ਾਮ ਨੂੰ ਉੱਠਿਆ ਰੋਟੀ ਖਾਈ ਜਾ ਕੇ ਵੇਖਿਆ ਹੱਥੇ ਪੱਠੇ ਨਹੀਂ ਲਿਆਂਦੇ ਹੋਏ ਉਦੋਂ ਬਾਅਦ ਜਾ ਕੇ ਪਹਿਲੇ 2 ਪੰਡੇ ਲਿਆ ਕੇ ਹੱਥੇ ਸੁੱਟੀਆਂ ਫਿਰ ਗਿਆ ਫਿਰ ਇਹਨੂੰ ਨਾਲ ਲਿਆ ਫਿਰ 2 ਪੰਡੇ ਹੋਰ ਵੱਡੀਆਂ ਫਿਰ ਉਹ ਰੱਖ ਕੇ ਤੇ ਵੇਲਾ ਉਹਦੇ ਸ਼ਾਮ ਜਾਣ ਹੋ ਗਈ ਫਿਰ ਦਸਤੀ ਮੈਂ ਇਧਰ ਨਿਕਲ ਆਇਆ ਮੈਂ ਕਿਹਾ ਇਹਨਾਂ ਵਿੱਚ ਚੌਥਾ ਦਿਨ ਪੈ ਜਾਵੇ ਮਦਰ ਡੇ 'ਚ ਚਲੋ ਜਿੱਦਾਂ ਮਰਜ਼ੀ ਆ ਜੀ ਤੇਰਾ ਲਾਲ ਸੂਟ ਭਾਈ ਮੇਰਾ ਆਧਾਰ ਹੈ ਇਸ ਤਰ੍ਹਾਂ ਦਾ ਲੈ ਕੇ ਦੇਣਾ ਇਹਨੂੰ ਇਸ ਤਰ੍ਹਾਂ ਵਾਈਟ ਸਲਵਾਰ ਲਾਲ ਨਹੀਂ 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 ਉਹ ਤਾਂ ਕੁੜਤਾ ਪਜਾਮਾ ਹੋ ਜਾਣਾ ਨਾ ਹੋਰ ਗੱਲ ਹੋਈ ਸੀ ਕਿ
ਲਾਲ ਸੂਟ, ਲਾਲ ਸੂਟ ਸ਼ਲਵਾਰ ਵੀ ਆਉਂਦੀ ਹੋਏਗੀ, ਲਾਲ ਕੁੜਤੇ ਦੀ ਗੱਲ ਹੋਈ ਸੀ, ਨਹੀਂ 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 ਸਾਡੀ ਗੱਲ ਹੋਈ ਸੀ ਲਾਲ ਕਲਰ ਦਾ ਸ਼ਲਵਾਰ ਕਮੀਜ਼, ਠੀਕ ਹੈ, ਕੁੜਤਾ ਤੇ ਪਜਾਮਾ ਦੋਵੇਂ ਲਾਲ ਹੋਣਗੇ ਤੇ ਥੱਲੇ ਲਾਲ ਕਲਰ ਦੀ ਅਗਰ ਕੋਈ ਖੇੜੀ ਮਿਲ ਗਈ ਤੇ ਆਏ ਹਾਏ ਹਾਏ ਪੀਲੀ ਆ ਨਹੀਂ ਅਸਲ ਮੈਂ ਕਹਿੰਦਾ ਐਵੇਂ ਦਾ ਸ਼ੇਕ ਕਰਾ ਲਓ ਪੂਰਾ ਹੀ ਲਾਲ ਲਾਲ ਸੁਰਖ ਬਣਾਉਣ ਲੱਗਾ ਹੈ ਬੜਾ ਟਾਈਮ ਐ ਐਵੇਂ ਕਰਦਾ ਵਾ ਵਾਈਟ ਸ਼ਲਵਾਰ ਨਹੀਂ ਨਹੀਂ ਉਹ ਤੇ ਫਿਰ ਕੰਬੀਨੇਸ਼ਨ ਨਹੀਂ ਬਣਦਾ ਵਾਪਸੀ ਤੇ ਲਾਲ ਸੂਟ ਪਾਇਆ ਸੀ ਉੱਥੇ ਮੋਢਾ ਸਲਿਪ ਹੋਈ ਮੋਢੇ ਤੇ ਸਾਰਾ ਸੂਟ ਪਾ ਗਿਆ ਆਹੋ ਸੁਬਹ ਸੁਬਹ ਟਾਈਮ ਮੈਂ ਨਹਾਉਣ ਨੂੰ ਉੱਥੇ ਗੋਦਾਮ ਗਿਆ ਉਵੇਂ ਚੈੱਕ ਫੜਿਆ ਵਾਪਸ ਆਇਆ ਉੱਥੇ ਕਿਦਾਂ ਨੂੰ ਬੈਂਕ ਚ ਵਾਪਸੀ ਆਇਆ ਮੋਟਰਸਾਈਕਲ ਦੀ ਬ੍ਰੇਕ ਲੱਗੀ ਸਲਿਪ ਹੋਇਆ ਰੇੜਦਾ ਗਿਆ ਮੈਂ ਬੇਟਾ ਸ਼ੁਕਰੀਆ ਕਿਵੇਂ ਦਾ ਕਰਾਂ ਤੇਰਾ ਮੂੰਹ ਚੁੰਮਾ ਸਿਰ ਚੁੰਮਾ ਇੰਨਾ ਪਿਆਰ ਇਸਮਾਨ ਨਾਲ ਬਹੁਤ ਖੁਸ਼ੀ ਹੋਈ ਬਸ ਬਸ ਲਾਲਾ ਲੱਗ ਜਾਣੀ ਮੂੰਹ ਚੁੰਮ ਕੇ ਤੇ ਇਹ ਤਾਂ ਇਹ ਵੀ ਹੁਣ ਵੇਖ ਲੈ ਹੁਣ ਸੜਦਾ ਪਿਆ ਵੀ ਚਵੇ ਚ ਮਾਂ ਨਾਲ ਸਾਰ ਕਰਨੋਂ
ਹਸਤੀ ਖੇਡਦੀ ਰਹੇ ਨੇ ਅੱਲਾਹ ਤਾਲਾ ਤੈਨੂੰ ਸਾਰੀ ਜ਼ਿੰਦਗੀ ਸਲਾਮਤ ਰੱਖੇ ਤੰਦਰੁਸਤੀ ਦੇਵੇ ਆਮੀਨ ਤੇ ਮੇਰੀਆਂ ਦੁਆਵਾਂ ਤੇਰੇ ਨਾਲ ਨੇ ਲੋ ਜੀ ਆਸ਼ਾ ਬਾਜੀ ਮੇਰੇ ਵੱਲੋਂ ਇੱਕ ਹੀ ਦੁਆ ਬਸ ਇਹ ਇੰਨੇ ਵਰਡ ਵਾਸਤੇ ਕਿ ਇੱਥੋਂ ਤੱਕ ਰਾਮ ਉੱਡ ਗਿਆ ਸੱਚੀ ਵੇਖ ਲੋ ਗੋਰ ਨਾ ਵੇਖ ਲੋ ਚਲੋ ਦੁੱਖ ਮੈਨੂੰ ਬੜਾ ਹੋਇਆ ਲੇਕਿਨ ਫਿਰ ਵੀ ਥੈਂਕ ਯੂ ਸੋ ਮਚ ਨਹੀਂ ਬਸ ਦਿਲ ਟੁੱਟ ਗਿਆ ਮੇਰਾ ਬਸ ਹੁਣ ਜਵਾਨੀ ਚ ਕਿੰਨਾ ਨੂੰ ਗਿਫਟ ਕੀਤੇ ਅਸੀਂ ਲੋਚਾ ਸਰ ਰਹੇ ਕੀ ਹੋਇਆ ਫਰਕ ਰੱਖਦੀਆਂ ਨਾ ਹੀ ਕਦੀ ਕੀਤਾ ਮਾਵਾਂ ਨੇ ਗਿਫਟ ਪਹੁੰਚ ਗਿਆ ਫੁੱਫੋ ਕੋਲ ਤੇ ਤਰੀਫਾਂ ਤੁਸੀਂ ਸੁਣ ਲਈਆਂ ਸੀ ਤੇ ਉਸ ਤੋਂ ਬਾਅਦ ਰਿਸਪੋਂਸ ਵੀ ਅੱਛਾ ਦਿੱਤਾ ਵਾ ਸਾਰਿਆਂ ਨੇ ਤੇ ਅੱਜ ਮੇਰੇ ਵਲੌਗ ਦਾ ਭਾਈ ਸਾਰੇ ਸੁਣ ਲਓ ਐਂਡ ਫੁੱਫੋ ਕਰੇਗੀ ਹਾਂਜੀ ਤੇ ਵਲੌਗ ਅੱਛਾ ਲੱਗਿਆ ਹੋਵੇ ਤੈਨੂੰ ਲਾਈਕ ਸ਼ੇਅਰ ਕਰਿਆ ਜੇ ਅੱਛੇ ਅੱਛੇ ਕਮੈਂਟ ਕਰਿਆ ਜੇ ਅੰਗੂਠਾ ਲਾਉਣਾ ਨਾ ਭੁੱਲਿਆ ਜੇ ਹਿੰਮਤ ਅਤੇ ਹੌਸਲਾ ਦਿਆ ਕਰੋ ਬੱਚਿਆਂ ਨੂੰ ਬਹੁਤਾ ਬਹੁਤਾ ਪਿਆਰ ਦਿਖਾਇਆ ਕਰੋ ਲਵ ਯੂ ਓਕੇ ਅੱਲਾ ਹਾਫਿਜ਼